ਕੱਲ ਸਾਨੂੰ ਅੰਮ੍ਰਿਤਸਰ ਕਮਿਸ਼ਨਰ ਦੇ ਪੁਲਿਸ ਸਟੇਸ਼ਨ ਸਦਰ ਦੀ ਚੌਂਕੀ ਫਤਿਹਗੜ੍ਹ ਚੋੜੀਆਂ ਦੇ ਇੱਕ ਇਨਫੋਰਮੇਸ਼ਨ ਸੀ ਹੋਈ ਸੀ ਜਿਸ ਵਿੱਚ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਲਵਪ੍ਰੀਤ ਸਿੰਘ ਉਰਫ ਕਾਕੂ ਜੋ ਕਿ ਪ੍ਰੀਤਨਗਰ ਦਾ ਰਹਿਣ ਵਾਲਾ ਉਸ ਕੋਲ ਇਲੀਗਲ ਤੌਰ 'ਤੇ ਵੈਪਨ ਲੈ ਕੇ ਉਹ ਉਸੇ ਏਰੀਏ ਦੇ ਵਿੱਚ ਕਿਸੇ ਮੋਟਰ 'ਤੇ ਬੈਠਾ ਹੋ ਜਦੋਂ ਸਾਡੀ ਪੁਲਿਸ ਪਾਰਟੀ ਨੇ ਪਰਚਾ ਦਰਜ ਕਰਨ ਤੋਂ ਬਾਅਦ ਮੌਕੇ 'ਤੇ ਰੇਡ ਕੀਤੀ ਤਾਂ ਇੱਕ ਸ਼ੱਕੀ ਨੌਜਵਾਨ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਸਾਡੀ ਪਾਰਟੀ ਨੇ ਉਹਨੂੰ ਫੜ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸਾਨੂੰ ਇੱਕ .32 ਪਿਸਟਲ ਅਤੇ ਦੇਸੀ ਪਿਸਟਲ ਅਤੇ 5 ਜਿੰਦਾ ਰੌਂਦ ਉਸ ਕੋਲੋਂ ਮਿਲੇ ਨੇ ਮੁੱਢਲੀ ਪੁੱਛਗਿੱਛ ਦੇ ਵਿੱਚ ਆਇਆ ਕਿ ਇਹ ਪਿਸਟਲ ਇਸਨੇ ਇਹ MP ਦੇ ਕਿਸੇ ਸ਼ਹਿਰ 'ਚੋਂ ਲੈ ਕੇ ਆਇਆ ਵਾ ਅਤੇ ਇਸਨੇ ਉੱਥੋਂ 2 ਦੇ ਕਰੀਬ ਗਿਣਤੀ ਦੇ ਪਿਸਟਲ ਲੈ ਕੇ ਆਏ ਨੇ ਅਤੇ ਦੂਜੇ ਪਿਸਟਲ ਬਾਰੇ ਹਜੇ ਪੁੱਛਗਿੱਛ ਜਾਰੀ ਹੈ ਅਤੇ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਕਿ ਕਿਸ ਪਰਪਸ ਲਈ ਇਹ ਨਜਾਇਜ਼ ਤੌਰ 'ਤੇ ਹਥਿਆਰ ਲੈ ਕੇ ਆਇਆ ਅਤੇ ਇਸ ਦੇ ਖਿਲਾਫ਼ ਅਸੀਂ ਪੁਲਿਸ ਸਟੇਸ਼ਨ ਸਦਰ ਵਿਖੇ ਆਮ ਜੈਕਟ ਦੇ ਤਹਿਤ ਮੁਕੱਦਮਾ ਰਜਿਸਟਰ ਕਰਕੇ ਅੱਗੇ ਤਫਤੀਸ਼ ਵਿੱਢੀ ਹੈ ਅਤੇ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਬਾਕੀ ਇਸ ਦਾ ਰਿਮਾਂਡ ਲੈ ਕੇ ਅਗਲੇ ਦੀ ਪੁੱਛਗਿੱਛ ਕੀਤੀ ਜਾਊਗੀ ਜਿਸ ਵਿੱਚ ਸਾਨੂੰ ਹੋਰ ਵੀ ਇਸ ਕੋਲੋਂ ਹਥਿਆਰ ਮਿਲਣ